ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿੱਲੀ ਵਿਧਾਨ ਸਭਾ ਚੋਣ ਪ੍ਰਚਾਰ ਦੇ ਦੌਰਾਨ ਇਸ ਗੱਲ ਦਾ ਦਾਅਵਾ ਕੀਤਾ ਸੀ ਕਿ ਉਹਨਾਂ ਦੇ ਵੱਲੋਂ ਪੰਜਾਬ ਦੇ ਵਿੱਚ 5000 ਦੇ ਕਰੀਬ ਸਮਾਰਟ ਸਕੂਲ ਬਣਾਏ ਗਏ ਨੇ। ਪਰ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਉਹਨਾਂ ਸਮਾਰਟ ਸਕੂਲਾਂ ਦੀ ਅਸਲ ਹਕੀਕਤ ਕੀ ਹੈ, ਯਾਨੀ ਕਿ ਇਹ ਸਮਾਰਟ ਸਕੂਲ ਸਰਕਾਰ ਦੀਆਂ ਦਿੱਤੀਆਂ ਗ੍ਰਾਂਟਾਂ ਵੱਲੋਂ ਨਹੀਂ ਬਣਾਏ ਗਏ, ਬਲਕਿ ਸਕੂਲ ਵਿੱਚ ਪੜ੍ਹਾਉਣ ਵਾਲੇ ਅਧਿਆਪਕਾਂ ਦੇ ਵੱਲੋਂ ਘਰ ਘਰ ਜਾ ਕੇ, ਪਿੰਡ ਪਿੰਡ ਜਾ ਕੇ ਲੋਕਾਂ ਦੇ ਵੱਲੋਂ ਦਾਨ ਰਾਸ਼ੀ ਇਕੱਠੀ ਕਰਕੇ ਉਹਨਾਂ ਸਕੂਲਾਂ ਨੂੰ ਸਮਾਰਟ ਸਕੂਲ ਬਣਾਇਆ ਗਿਆ। ਵੇਖੋ ਸਾਡੀ ਇੱਕ ਖਾਸ ਰਿਪੋਰਟ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿੱਲੀ ਵਿੱਚ ਚੋਣ ਪ੍ਰਚਾਰ ਕਰਦੇ ਹੋਏ ਸਮਾਰਟ ਸਕੂਲਾਂ ਦਾ ਜ਼ਿਕਰ ਕੀਤਾ ਕਿ ਉਹਨਾਂ ਦੀ ਸਰਕਾਰ ਵੱਲੋਂ 5000 ਦੇ ਕਰੀਬ ਸਕੂਲਾਂ ਨੂੰ ਸਮਾਰਟ ਸਕੂਲ ਬਣਾਇਆ ਗਿਆ। ਪਰੰਤੂ ਅਸਲ ਹਕੀਕਤ ਇਹ ਹੈ ਕਿ ਸਮਾਰਟ ਸਕੂਲ ਤਾਂ ਪੰਜਾਬ ਵਿੱਚ ਵਿਖਾਈ ਨਹੀਂ ਦਿੰਦੇ ਤੇ ਕਬਾੜ ਸਕੂਲ ਜ਼ਿਆਦਾ ਵਿਖਾਈ ਦਿੰਦੇ ਨੇ ਤੇ ਹਾਲਾਤ ਪੰਜਾਬ ਦੇ ਸਕੂਲਾਂ ਦੇ ਇਹ ਨੇ ਕਿ ਅਧਿਆਪਕ ਜਿਨ੍ਹਾਂ ਨੇ ਸਕੂਲ ਵਿੱਚ ਬੈਠ ਕੇ ਵਿਦਿਆਰਥੀਆਂ ਨੂੰ ਪੜ੍ਹਾਉਣਾ ਸੀ ਉਹ ਵਿਚਾਰੇ ਪਿੰਡ ਪਿੰਡ ਜਾ ਕੇ ਸਕੂਲ ਦੇ ਫੰਡ ਇਕੱਠਾ ਕਰਨ ਲਈ ਮਜਬੂਰ ਨੇ ਤਾਂ ਕਿ ਸਕੂਲਾਂ ਨੂੰ ਵਧੀਆ ਬਣਾਇਆ ਜਾ ਸਕੇ। ਦਰਅਸਲ ਮੈਂ ਗੱਲ ਕਰ ਰਹੀ ਹਾਂ ਸੰਗਰੂਰ ਦੇ ਸਮਾਰਟ ਸਕੂਲਾਂ ਦੀ, ਜਿਹੜੇ ਵੇਖਣ ਵਿੱਚ ਤਾਂ ਸਮਾਰਟ ਸਕੂਲ ਨੇ ਪਰੰਤੂ ਇਹਨਾਂ ਸਮਾਰਟ ਸਕੂਲਾਂ ਦੀ ਕਹਾਣੀ ਸੁਣ ਤੁਸੀਂ ਵੀ ਹੈਰਾਨ ਹੋ ਜਾਓਗੇ। ਗੁਰਦਾਸਪੁਰ ਵਿਖੇ 800 ਸਮਾਰਟ ਸਕੂਲ ਸਿਰਫ ਤੇ ਸਿਰਫ ਕਾਗਜ਼ਾਂ ਦੇ ਵਿੱਚ ਨੇ, ਹਕੀਕਤ ਦੇ ਵਿੱਚ ਨਹੀਂ, ਕਿਉਂਕਿ ਇਹਨਾਂ ਸਕੂਲਾਂ ਲਈ ਫੰਡ ਸਰਕਾਰ ਵੱਲੋਂ ਨਹੀਂ ਬਲਕਿ ਅਧਿਆਪਕਾਂ ਦੇ ਵੱਲੋਂ ਘਰ ਘਰ ਜਾ ਕੇ ਫੰਡ ਇਕੱਠੇ ਕਰਕੇ ਜਾਂ ਫਿਰ NRI ਸੱਜਣਾ ਵੱਲੋਂ ਦਿੱਤੀ ਗਈ ਦਾਨ ਰਾਸ਼ੀ ਦੇ ਕੇ ਬਣਾਏ ਗਏ ਨੇ। ਜੇਕਰ ਤੁਹਾਨੂੰ ਅਜੇ ਵੀ ਯਕੀਨ ਨਹੀਂ ਆਇਆ ਤਾਂ ਪਿੰਡ ਬਾਜੇ ਚੱਕ ਦੇ ਅਧਿਆਪਕਾਂ ਦੀ ਜ਼ੁਬਾਨੀ ਹੀ ਸੁਣਾ ਦਿੰਦੇ ਹਾਂ ਕਿ ਆਖਿਰ ਇਹ ਸਮਾਰਟ ਸਕੂਲ ਕਿਸ ਤਰ੍ਹਾਂ ਬਣਿਆ। ਹੁਣ 1 ਸਾਲ ਤੋਂ ਸਮਾਰਟ ਸਕੂਲ ਬਣ ਚੁੱਕਾ ਵਾ, ਇਸ ਤੋਂ ਪਹਿਲੇ ਸੀਗਾ ਪ੍ਰਾਇਮਰੀ ਸਕੂਲ ਸੀਗਾ। ਸਮਾਰਟ ਸਕੂਲ ਬਣਨ ਵਾਸਤੇ ਅਸੀਂ ਕਾਫੀ ਮਿਹਨਤ ਕੀਤੀ। ਪਹਿਲੇ ਅਸੀਂ ਪਿੰਡ 'ਚੋਂ ਕੁਲੈਕਸ਼ਨ ਕੀਤੀ, ਦਾਨੀ ਸੱਜਣਾ ਕੋਲੋਂ ਜਾਂ ਪਿੰਡ ਦੇ ਮੋਤਵਾਰਾਂ ਕੋਲੋਂ ਜਾਂ ਪਿੰਡ ਦੇ ਹੋਰ ਬਾਕੀ ਰਮਾਇੰਦਿਆਂ ਕੋਲੋਂ। ਉਸ ਤੋਂ ਬਾਅਦ ਬਾਕੀ ਸਾਡੇ ਮੈਮ ਜੀ ਨੇ ਅਪਰੋਕਸੀਮੇਟਲੀ 4 ਲੱਖ ਰੁਪਇਆ ਲਗਾਇਆ ਅਤੇ ਅਸੀਂ ਇਸ ਨੂੰ ਸਕੂਲ ਨੂੰ ਸਮਾਰਟ ਸਕੂਲ ਬਣਾਇਆ। ਇਸੇ ਨਾਲ ਨਾਲ ਹੀ ਅਸੀਂ ਸੈਸ਼ਨ ਦੇ ਨਾ ਇੰਗਲਿਸ਼ ਸਕੂਲ ਵੀ ਸ਼ੁਰੂ ਕੀਤਾ, ਇੰਗਲਿਸ਼ ਮੀਡੀਅਮ ਸਕੂਲ ਫਸਟ ਕਲਾਸ ਤੋਂ। ਅਤੇ ਸਾਡੀ ਕੋਸ਼ਿਸ਼ ਆ ਕਿ ਅੱਗੇ ਸਾਰੀਆਂ ਕਲਾਸਿਸ ਹੁਣ ਇੰਗਲਿਸ਼ ਮੀਡੀਅਮ 'ਚ ਚੱਲਣ। ਸਰ ਪਿੰਡ 'ਚੋਂ 1 ਲੱਖ ਦੇ ਆਸ ਪਾਸ ਹੋ ਗਿਆ ਸੀ, ਬਾਕੀ ਉਸ ਤੋਂ ਬਾਅਦ ਸਾਡੀ ਮੈਮ ਨੇ 4 ਲੱਖ ਰੁਪਇਆ ਉਹਨਾਂ ਨੂੰ ਲਗਾਇਆ। ਸਰ ਸਰਕਾਰ ਵੱਲੋਂ ਸਮਾਰਟ ਸਕੂਲ ਬਣਾਉਣ ਵਾਸਤੇ ਕੋਈ ਗ੍ਰਾਂਟ ਨਹੀਂ ਆਈ, ਬਸ ਅਸੀਂ ਆਪਣੀ ਸਾਰਾ ਕਰਕੇ ਮਿਹਨਤ ਵਗੈਰਾ ਕਰਕੇ ਅਤੇ ਉਹੀ ਹੋਇਆ ਉਹਨਾਂ ਵੱਲੋਂ। ਸਰ ਫਿਲਹਾਲ ਤਾਂ ਆਪਣੀ ਮਿਹਨਤ ਨਾਲ ਹੀ ਹੋਇਆ ਸਾਰਾ ਕੁਛ। ਕਰੀਏ ਸਕੂਲ ਨੂੰ, ਫਿਰ ਅਸੀਂ ਸ਼ੁਰੂ 'ਚ ਘਰ ਘਰ ਗਏ ਬੱਚੇ ਸਾਰਿਆਂ ਕੋਲੋਂ ਕੁਲੈਕਸ਼ਨ ਕੀਤੀ, ਆਪਣੇ ਆਪਣੇ ਹਿਸਾਬ ਨਾਲ ਹਰ ਇੱਕ ਨੇ ਦਿੱਤੀ, ਕਿਸੇ ਨੇ ਵੱਧ ਕਿਸੇ ਨੇ ਘੱਟ, ਪਰ ਬਾਕੀ ਉਸ ਤੋਂ ਬਾਅਦ ਮੈਮ ਜੀ ਨੇ ਪ੍ਰਿੰਸੀਪਲ ਮੈਮ ਨੇ ਪਾਏ ਪੈਸੇ ਅਤੇ NRI ਸੱਜਣ ਨੇ ਵੀ ਕਾਫੀ ਮਦਦ ਕੀਤੀ। ਉਹਨਾਂ ਦੇ ਬ੍ਰਦਰ ਜਾਂ ਇੱਥੇ ਪਿੰਡ ਦੇ NRI ਸੱਜਣ 2 ਜਣੇ ਨੇ ਉਹਨਾਂ ਨੇ ਕੀਤੀ ਸੀ ਮਦਦ। ਵਿਕਾਰੀ ਐਲੀਮੈਂਟਰੀ ਸਮਾਰਟ ਸਕੂਲ ਬਾਜੇ ਚੱਕ, ਮੈਂ 3 ਸਾਲ ਪਹਿਲਾਂ ਹੀ ਪ੍ਰਮੋਟ ਹੋਈ ਸੀ ਹੈੱਡ ਟੀਚਰ ਅਤੇ ਸਕੂਲ ਦੇਖਿਆ ਵੀ ਕਾਫੀ ਮਾੜੀ ਹਾਲਤ ਸੀ ਸਕੂਲ ਦੀ। ਫਿਰ ਮੈਂ ਕਮਿਊਨਿਟੀ ਦਾ ਯੋਗਦਾਨ ਲਿਆ, ਆਪਣੇ ਕੋਲੋਂ ਪੈਸੇ ਲਾਏ, NRIs ਨੂੰ ਅਵੇਅਰ ਕੀਤਾ ਸਕੂਲ ਪ੍ਰਤੀ ਵੀ ਆਪਾਂ ਇਹਦਾ ਸੁਧਾਰ ਕਰਨਾ ਆ। ਉਹ ਇਸ ਤਰ੍ਹਾਂ ਸਾਰਿਆਂ ਦੇ ਯੋਗਦਾਨ ਨਾਲ ਆਪਾਂ ਜਿਹੜਾ ਸਕੂਲ ਹੈ ਸਮਾਰਟ ਬਣਾਤਾ ਹੈ, ਹੁਣ ਸਮਾਰਟ ਸਕੂਲ ਹੈ, ਸਾਰੇ ਕਲਾਸਰੂਮ ਸਮਾਰਟ ਨੇ। ਮੈਂ ਟੋਟਲ 5.5 ਲੱਖ ਰੁਪਈਆ ਖਰਚ ਕੀਤਾ, ਜਿਹਦੇ 'ਚੋਂ 1.5-4 ਲੱਖ ਰੁਪਈਆ ਮੈਂ ਆਪਣੇ ਜੇਬ 'ਚੋਂ ਲਾਇਆ ਅਤੇ 1 ਲੱਖ ਰੁਪਈਆ ਮੈਂ ਜਿਹੜਾ ਪਿੰਡ 'ਚੋਂ ਲੋਕਾਂ ਤੋਂ ਇਕੱਠਾ ਕੀਤਾ ਅਤੇ ਬਾਕੀ ਸਕੂਲ ਵਿੱਚ ਬੱਚਿਆਂ ਵਾਸਤੇ ਝੂਲੇ, ਵਾਟਰ ਕੂਲਰ, RO ਸਾਰਾ ਕੁਛ NRIs ਬ੍ਰਦਰ ਨੇ ਮੇਰੇ ਕੈਨੇਡਾ, ਉਹਨਾਂ ਨੇ ਬੱਚਿਆਂ ਨੂੰ ਲਗਵਾ ਕੇ ਦਿੱਤਾ। ਹੋਰ ਜਿਹੜੇ ਪਿੰਡ ਦੇ ਮੋਤਬਰ ਸੀ 5 ਸਰਪੰਚ, ਉਹਨਾਂ ਨੇ ਕੀ ਯੋਗਦਾਨ ਦਿੱਤਾ ਵਿੱਚ? ਪਿੰਡ ਦੇ ਜਿਹੜੇ ਮੋਤਬਰ ਸੀਗੇ ਉਹਨਾਂ ਨੇ ਹੀ ਥੋੜ੍ਹੀ ਥੋੜ੍ਹੀ ਜਿਵੇਂ ਕਲੈਕਸ਼ਨ ਕੀਤੀ ਮੈਂ ਘਰੋਂ ਘਰੀ ਜਾ ਕੇ, ਕਿਸੇ ਕੋਲ 1100, ਕਿਸੇ ਕੋਲ 500, ਮਤਲਬ ਜਿੰਨਾ ਕੁ ਕੋਈ ਈਜ਼ਲੀ ਦੇ ਸਕਦਾ ਸੀ, ਸਾਰਿਆਂ ਨੇ ਹੈਲਪ ਕੀਤੀ ਹੈ। ਅਤੇ ਬਾਉਂਡਰੀ ਨਹੀਂ ਸੀ ਸਕੂਲ ਦੀ ਮੇਨ ਸੀਗਾ, ਮੈਨੂੰ ਬਾਉਂਡਰੀ ਹੋ ਜੇ, ਟੈਂਪਰੇਰੀ ਮੈਂ ਬਾਉਂਡਰੀ ਕੀਤੀ, ਗੇਟ ਵਗੈਰਾ ਲਗਾਏ ਆ ਵਧੀਆ। ਸਮਾਰਟ ਸਕੂਲ ਲੈ ਕੇ ਸਰਕਾਰ ਵੱਲੋਂ ਕੀ ਗ੍ਰਾਂਟ ਦਿੱਤੀ ਗਈ ਤੁਹਾਨੂੰ? ਸਰਕਾਰ ਵੱਲੋਂ ਸਮਾਰਟ ਸਕੂਲ ਲਈ ਗ੍ਰਾਂਟ ਤਾਂ ਕੋਈ ਨਹੀਂ ਆਈ, ਪਰ ਇਹ ਹੈ ਕਿ ਸਮੇਂ ਸਮੇਂ 'ਤੇ ਜੋ ਹੁਣ ਗ੍ਰਾਂਟਾਂ ਆਮ ਸਕੂਲਾਂ ਨੂੰ ਆ ਰਹੀਆਂ ਨੇ ਉਹ ਸਾਨੂੰ ਵੀ ਮਿਲ ਰਹੀ ਹੈ। ਸਰਕਾਰ ਵੱਲੋਂ ਕੋਈ ਗ੍ਰਾਂਟ ਨਹੀਂ ਆਈ ਤੁਹਾਨੂੰ? ਨਹੀਂ, ਸਰਕਾਰ ਵੱਲੋਂ ਸਪੈਸ਼ਲ ਸਮਾਰਟ ਸਕੂਲ ਲਈ ਗ੍ਰਾਂਟ। ਇਹ ਸਭ ਸਿਰਫ ਪਿੰਡ ਬਾਜੇ ਚੱਕ ਦੇ ਅਧਿਆਪਕਾਂ ਦਾ ਹੀ ਕਹਿਣਾ ਨਹੀਂ ਬਲਕਿ ਪਿੰਡ ਮੀਰਪੁਰ ਦੇ ਸਮਾਰਟ ਸਕੂਲਾਂ ਦੀ ਕਰੀਏ ਤਾਂ ਹਾਲਾਤ ਇਸ ਸਕੂਲ ਦੇ ਕਿਸੇ ਤੋਂ ਵੀ ਲੁਕੇ ਨਹੀਂ ਹੋਏ। ਬਿਲਡਿੰਗ ਦੀ ਖਸਤਾ ਹਾਲਤ ਸਭ ਕੁਝ ਬਿਆਨ ਕਰ ਰਹੀ ਹੈ ਅਤੇ ਇਹ ਸਭ ਇਸ ਕਰਕੇ ਹੈ ਕਿਉਂਕਿ ਇਸ ਪਿੰਡ ਦੇ ਲੋਕ ਗਰੀਬ ਨੇ ਅਤੇ ਮਜ਼ਦੂਰੀ ਕਰਕੇ ਆਪਣਾ ਪਾਲਣ ਪੋਸ਼ਣ ਕਰਦੇ ਨੇ, ਜਿਸ ਕਾਰਨ ਲੋਕਾਂ ਵੱਲੋਂ ਦਾਨ ਨਹੀਂ ਦਿੱਤਾ ਜਾਂਦਾ ਅਤੇ ਨਾ ਹੀ ਸਰਕਾਰੀ ਗ੍ਰਾਂਟ ਸਰਕਾਰਾਂ ਵੱਲੋਂ ਮਿਲਦੀ ਹੈ। ਸਾਡਾ ਸਕੂਲ ਸਮਾਰਟ ਸਕੂਲ ਜਦੋਂ ਹੀ ਆਇਆ ਸੀ ਸਮਰਪਣ ਦੇ ਤਹਿਤ,
ਡੀਸੀ ਸਾਹਿਬ ਵੱਲੋਂ ਕਮਾਏ ਸੀਗੇ ਅਤੇ ਅਸੀਂ ਬਣਾ ਤਾ, ਉਹਨਾਂ ਨੇ ਸਾਨੂੰ LCD ਦਿੱਤੀ, ਡੈਕਸ ਵੀ ਆਏ ਸਾਡੇ ਕੋਲ, ਗ੍ਰੀਨ ਬੋਰਡ ਵੀ ਆਏ, ਬਾਕੀ ਕੁਛ ਅਸੀਂ ਲੋਕਾਂ ਦੀ ਸਹਾਇਤਾ ਦੇ ਨਾਲ ਮਤਲਬ ਵਧੀਆ ਕਰ ਰਹੇ ਹਾਂ। ਇੱਕ ਤਾਂ ਸਕੂਲ ਦੀ ਸਾਡੀ ਜਿਹੜੀ ਬਿਲਡਿੰਗ ਆ ਉਹ ਬਹੁਤ ਪੁਰਾਣੀ ਹੈ, ਇਹਨੂੰ ਅਸੀਂ ਪੇਂਟ ਵਗੈਰਾ ਤਾਂ ਕਰਦੇ ਹਾਂ, ਕਲੀਆਂ ਤਾਂ ਕਰਦੇ ਹਾਂ, ਪਰ ਉਹ ਪੁਰਾਣੀ ਹੋਣ ਕਰਕੇ ਥੋੜ੍ਹੀ ਠੀਕ ਨਹੀਂ ਹੈ। ਜੇ ਇੱਕ ਬਿਲਡਿੰਗ ਦਾ ਹੋ ਜਾਵੇ, ਇੱਕ ਰੂਮ ਦੋ ਮਿਲ ਜਾਣ ਤਾਂ ਸਭ ਤੋਂ ਵਧੀਆ ਸਕੂਲ ਸਾਡਾ ਬਣ ਸਕਦਾ। ਬਾਕੀ ਬੱਚਿਆਂ ਦੀ ਗਿਣਤੀ ਵੀ ਅਸੀਂ ਕਾਫੀ ਵਧਾਈ ਹੈ ਜੀ। ਸਮਾਰਟ ਸਕੂਲ ਦੇ ਵਿੱਚ ਖੇਡ ਦਾ ਮੈਦਾਨ, ਜਿਸ ਤਰ੍ਹਾਂ ਖੇਡਾਂ ਦਾ ਸਮਾਨ ਹੋਣਾ ਚਾਹੀਦਾ, LCD ਸਾਡੇ ਕੋਲ ਹੈਗੀ ਹੈ, ਪਾਣੀ ਦੇ ਐਕਵਾ ਗਾਰਡ ਵਗੈਰਾ ਲੱਗਿਆ ਹੋਣਾ ਚਾਹੀਦਾ, ਪਿਓਰੀਫਾਈ, ਫਿਰ ਇਹਦੇ ਵਾਟਰ ਕੂਲਰ, ਅਸੀਂ ਵਾਟਰ ਕੂਲਰ ਵੀ ਕਿਸੇ ਦਾਨੀ ਸੱਜਣ ਕੋਲ ਲੈ ਕੇ ਲਗਾਇਆ ਹੋਇਆ, ਅਤੇ ਜਿਹੜਾ ਕੰਮ ਅਸੀਂ ਕੀਤਾ ਕਾਫੀ ਕੀਤਾ, ਯੂਨੀਫਾਰਮ ਵੀ ਬੱਚਿਆਂ ਨੂੰ ਪ੍ਰੀ ਪ੍ਰਾਈਮਰੀ ਦੇ ਬੱਚਿਆਂ ਨੂੰ ਲੈ ਕੇ ਦਿੱਤੀਆਂ ਜੀ। ਛੱਤਾਂ ਜਿਹੜੀਆਂ ਸਰਕਾਰ ਹੈ ਥੋੜ੍ਹੇ ਬਹੁਤੇ ਫੰਡ ਜਿਹੜੇ ਹੈਗੇ ਆ ਉਹ ਰਿਲੀਜ਼ ਕਰੇ, ਅਤੇ ਉਹ ਆਪਣੇ ਸਮਾਰਟ ਸਕੂਲ ਹੋਰ ਵਧੀਆ ਹੋ ਸਕਦੇ ਆ ਜੀ। ਜਿਸ ਤਰ੍ਹਾਂ ਬਿਲਡਿੰਗ ਦੀ ਮੈਂ ਤੁਹਾਨੂੰ ਦੱਸਿਆ ਕਿ ਘਾਟ ਹੈਗੀ ਹੈ, ਜੇ ਬਿਲਡਿੰਗ ਮਿਲ ਜਾਵੇ ਤਾਂ ਆਪਾਂ ਹੋਰ ਵਧੀਆ ਹੋ ਸਕਦਾ। ਤਾਨੀ ਸੱਜਣਾ ਵੱਲੋਂ ਦੇਖੋ ਜੀ, ਲੇਬਰ ਕਲਾਸ ਥੋੜ੍ਹਾ ਪਿੰਡ ਹੈਗਾ, ਪਿੰਡ ਵਿੱਚ ਕੋਈ ਜ਼ਿਆਦਾ ਇੰਨੇ ਨਹੀਂ ਹੈਗੇ, ਪਰ ਫਿਰ ਵੀ ਅਸੀਂ ਪਿੰਡ ਤੋਂ ਬਾਹਰ ਵੀ ਜਾ ਕੇ ਯੂਨੀਫਾਰਮ ਲੈ ਕੇ ਦਿੱਤੀ। ਜਿਸ ਤਰ੍ਹਾਂ ਅਸੀਂ ਤੁਹਾਨੂੰ ਦੱਸਿਆ ਕਿ ਇੱਥੇ ਵਾਟਰ ਸਪਲਾਈ ਦਾ ਥੋੜ੍ਹਾ ਸੀਗਾ, ਉਹ ਕੰਮ ਕਰਾਇਆ, ਅਤੇ ਸਮਰਸੀਬਲ ਦਾ ਮੈਂ ਆਪ ਲਾਇਆ, ਵਾਟਰ ਕੂਲਰ ਅਸੀਂ ਇੱਕ ਲੈ ਕੇ ਦਿੱਤਾ, ਆਪ ਹੀ ਅਸੀਂ ਕੀਤਾ ਜੀ, ਕੁਛ ਸਟਾਫ ਨੇ ਵਿੱਚ ਕੰਟਰੀਬਿਊਟ ਕੀਤਾ ਜੀ, ਕੁਛ ਮੈਂ ਪਾ ਕੇ ਤੇ। ਸਰਕਾਰ ਦੇ ਰਹੀ ਹੈ ਜੀ ਰਿਸਪੋਂਸ, ਪਰ ਓਨਾ ਨਹੀਂ ਹੈ ਜਿੰਨਾ ਹੋਰ ਵੱਧ ਚੜ੍ਹ ਕੇ ਦੇਣਾ ਚਾਹੀਦਾ। ਜੇ ਸਮਾਰਟ ਸਕੂਲ ਵਧੀਆ ਬਣਾਉਣੇ ਆ ਤਾਂ ਫਿਰ ਸਰਕਾਰ ਨੂੰ ਹੋਰ ਥੋੜ੍ਹਾ ਕਰਨਾ ਚਾਹੀਦਾ ਜੀ। ਹਾਂਜੀ, ਉਹ ਮੈਂ ਤੁਹਾਨੂੰ ਦਿਖਾਈਆਂ ਹੀ ਹੈ ਜੀ, ਅਸੀਂ ਪਰਚੀਆਂ ਵੀ ਛਪਾਈਆਂ ਜੀ। ਪਰਚੀਆਂ ਦਾ ਕਨਸੈਪਟ ਹੈ, ਅਸੀਂ ਜਿਹੜੇ ਸਾਡੇ ਕੋਲ ਦਾਨੀ ਸੱਜਣ ਆਉਂਦੇ ਆ ਅਸੀਂ ਉਹਨਾਂ ਨੂੰ ਕਹਿੰਦੇ ਹਾਂ ਜੀ, ਜੇ ਕੋਈ ਦਾਨ ਕਰ ਜਾਂਦਾ ਤਾਂ ਵੈਲਕਮ ਹੈ ਜੀ, ਹੁਣ ਜ਼ਬਰਦਸਤੀ ਤਾਂ ਆਪਾਂ ਕਿਸੇ ਕੋਲ ਲੈ ਨਹੀਂ ਸਕਦੇ ਜੀ, ਸਾਡੀ ਕੋਸ਼ਿਸ਼ ਜਾਰੀ ਹੈ ਜੀ। ਇਸ ਸਕੂਲ ਦੇ ਅਧਿਆਪਕਾਂ ਨੇ ਤਾਂ ਦਾਨ ਰਾਸ਼ੀ ਲੈਣ ਲਈ ਪਰਚੀਆਂ ਤੱਕ ਬਣਵਾ ਕੇ ਰੱਖੀਆਂ ਹੋਈਆਂ ਨੇ, ਪਰ ਅਫਸੋਸ ਕੋਈ ਵੀ ਦਾਨੀ ਸੱਜਣ ਇਸ ਸਕੂਲ ਨੂੰ ਦਾਨ ਨਹੀਂ ਕਰਦਾ, ਜਿਸ ਕਾਰਨ ਇਸ ਸਕੂਲ ਦੀ ਹਾਲਤ ਨਹੀਂ ਸੁਧਰ ਸਕੀ। ਮੇਰਾ ਨਾਮ ਸੁਮੀਤ ਭਾਰਦਵਾਜ ਹੈ, ਮੈਂ ਇੱਥੇ ETT ਟੀਚਰ ਅਧਿਆਪਕ ਹਾਂ। ਮੋਸਟਲੀ ਆ ਪਿੰਡ ਜਿਹੜਾ ਵੈ ਇੱਥੇ ਜ਼ਿਆਦਾ ਲੇਬਰਰਸ ਨੇ, ਇਸ ਕਰਕੇ ਦਾਨ ਵਗੈਰਾ ਦੇਣ ਦੇ ਉਹਨਾਂ ਦਾ ਸਮਰਥ ਨਹੀਂ ਹੈਗਾ, ਫਿਰ ਵੀ ਥੋੜ੍ਹਾ ਬਹੁਤਾ ਸਹਿਯੋਗ ਕਰਦੇ ਨੇ ਜਿੰਨਾ ਕੁ ਕਰ ਸਕਦੇ ਨੇ ਦਈਏ। ਇਸ ਕਰਕੇ ਸਰਕਾਰ ਦੇ ਅੱਗੇ ਅਸੀਂ ਬੇਨਤੀ ਕਰਨੇ ਹਾਂ ਕਿ ਜਿਹੜੇ ਸਮਾਰਟ ਸਕੂਲਸ ਨੇ ਉਹਨੂੰ ਵੱਧ ਤੋਂ ਵੱਧ ਹੋਰ ਸਹਿਯੋਗ ਦਿੱਤਾ ਜਾਵੇ ਤਾਂ ਕਿ ਇਹ ਹੋਰ ਜ਼ਿਆਦਾ ਤਰੱਕੀ ਕਰਨ, ਔਰ ਇਹ ਬੱਚੇ ਜਿਹੜੇ ਸਾਡੇ ਮਤਲਬ ਬਹੁਤ ਪੋਲਿਸ਼ਡ ਬੱਚੇ ਨੇ, ਇਹਨਾਂ ਬੱਚਿਆਂ ਨੂੰ ਜੇ ਅਸੀਂ ਚੰਗੀ ਤਰ੍ਹਾਂ ਪੜ੍ਹਾਈਏ ਤਾਂ ਬਹੁਤ ਅੱਗੇ ਜਾ ਸਕਦੇ ਨੇ। ਸਕੂਲ ਵਿੱਚ ਕਮੀ ਤੁਸੀਂ ਦੇਖ ਹੀ ਰਹੇ ਹੋ ਕਿ ਇੱਕ ਤਾਂ ਥੋੜ੍ਹਾ ਬਿਲਡਿੰਗ ਵਿੱਚ ਸੁਧਾਰ ਦੀ ਲੋੜ ਹੈ, ਬਾਕੀ ਗੇਟ ਜਿਹੜਾ ਸਾਡਾ ਅਸੀਂ ਮਤਲਬ ਪੂਰੀ ਕੋਸ਼ਿਸ਼ ਕੀਤੀ ਆਪਣੇ ਵੱਲੋਂ ਬਹੁਤ ਵਧੀਆ ਬਣਾਇਆ, ਫਿਰ ਵੀ ਸਮੇਂ ਸਮੇਂ 'ਚ ਚੀਜ਼ਾਂ ਨੂੰ ਲੋੜ ਪੈਂਦੀ ਰਹਿੰਦੀ ਹੈ। ਹੁਣ ਜਿੱਦਾਂ ਸਾਡੇ ਆਂਗਨਵਾੜੀ ਵਾਲਿਆਂ ਨੇ ਆਂਗਨਵਾੜੀ ਸੈਂਟਰ ਬਣਾਇਆ ਸੀਗਾ, ਪੂਰਾ ਨਹੀਂ ਹੋ ਪਾਇਆ ਕਿਸੇ ਕਾਰਨਵਸ਼, ਅਗਰ ਇਹ ਪੂਰਾ ਹੋ ਜਾਂਦਾ ਤਾਂ ਇਹ ਵੀ ਕਮਰੇ ਅਸੀਂ ਯੂਜ਼ ਕਰ ਸਕਦੇ ਸੀਗੇ। ਸਮੇਂ ਸਮੇਂ 'ਤੇ ਸਾਡੀ ਪੂਰੀ ਸਹਾਇਤਾ ਕਰਦੇ ਆ, ਬਾਕੀ ਅਸੀਂ ਸਮਾਜ ਦੇ ਜਿਹੜੇ ਚੰਗੇ ਲੋਕ ਨੇ ਉਹਨਾਂ ਕੋਲੋਂ ਵੀ ਸਹਿਯੋਗ ਮੰਗਦੇ ਹਾਂ, ਔਰ ਸਾਨੂੰ ਸਮੇਂ ਸਮੇਂ 'ਤੇ ਸਹਿਯੋਗ ਮਿਲਦਾ ਵੀ ਹੈ। ਜਿਵੇਂ ਕਿਸੇ ਨੇ ਵਾਟਰ ਕੂਲਰ ਲਵਾਇਆ ਸੀਗਾ, ਉਹ ਚੱਲ ਰਿਹਾ, ਉਹਦੇ ਵਿੱਚ ਬੱਚੇ ਗਰਮੀਆਂ ਵਿੱਚ ਠੰਡਾ ਪਾਣੀ ਪੀਂਦੇ ਨੇ, ਔਰ ਪਰਚੀਆਂ 'ਚ ਪਾਈਆਂ ਗਈਆਂ ਸੀ ਹੈਗੀਆਂ ਕਿ ਜਿਹੜੇ ਕੋਈ ਦਾਨੀ ਸੱਜਣ ਜਿਵੇਂ ਬਾਹਰ ਮੰਦਰਾਂ ਗੁਰਦੁਆਰਿਆਂ ਵਾਸਤੇ ਦਾਨ ਦਿੰਦੇ ਨੇ, ਅਗਰ ਉਹੀ ਦਾਨ ਸਾਡੇ ਇਹਨਾਂ ਸਕੂਲਾਂ 'ਚ, ਇਹ ਵੀ ਮੰਦਰਾਂ ਗੁਰਦੁਆਰਿਆਂ ਤੋਂ ਵੱਧ ਕੇ ਨੇ, ਅਗਰ ਇੱਥੇ ਉਹ ਚੀਜ਼ ਲਗਾਈ ਜਾਏ ਤਾਂ ਉਹਦਾ ਜ਼ਿਆਦਾ ਇਫੈਕਟ ਨਿਕਲ ਕੇ ਆਏਗਾ। ਉਹ ਪਰਚੀਆਂ ਇਸ ਕਰਕੇ ਛਪਾਈਆਂ ਗਈਆਂ ਸੀ ਤਾਂ ਕਿ ਕੋਈ ਜੇ ਦਾਨ ਦਿੰਦਾ ਵਾ ਤਾਂ ਉਹਨੂੰ ਇਹ ਯਾਦ ਰਹੇ ਕਿ ਮੈਂ ਸਕੂਲ ਨੂੰ ਦਾਨ ਦਿੱਤਾ ਸੀਗਾ, ਔਰ ਉਹ ਵਾਕਈ ਉਹ ਦਾਨ ਸਹੀ ਜਗ੍ਹਾ 'ਤੇ ਯੂਜ਼ ਹੋਇਆ। ਉੱਥੇ ਇਸ ਮਾਮਲੇ ਵਿੱਚ ਜਦੋਂ ਸਮਾਰਟ ਸਕੂਲਾਂ ਦੇ ਜ਼ਿਲ੍ਹਾ ਕੋਆਰਡੀਨੇਟਰ ਸੁਲੱਖਣ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਜੋ ਕੁਝ ਉਹਨਾਂ ਨੇ ਕਿਹਾ ਉਹ ਸਭ ਸੁਣ ਕੇ ਤੁਹਾਨੂੰ ਗੁੱਸਾ ਵੀ ਆਵੇਗਾ ਤੇ ਹਾਸਾ ਵੀ, ਕਿਉਂਕਿ ਜ਼ਿਲ੍ਹਾ ਕੋਆਰਡੀਨੇਟਰ ਸਾਹਿਬ ਤਾਂ ਇਹ ਕਹਿੰਦੇ ਵਿਖਾਈ ਦੇ ਰਹੇ ਨੇ ਕਿ ਉਹਨਾਂ ਦੇ ਜ਼ਿਲ੍ਹੇ ਦੇ ਵਿੱਚ 800 ਤੋਂ ਵੱਧ ਸਮਾਰਟ ਸਕੂਲ ਬਣਾਏ ਜਾ ਚੁੱਕੇ ਨੇ। ਹਾਲਾਂਕਿ ਉਹਨਾਂ ਨੇ ਇਹ ਵੀ ਜ਼ਰੂਰ ਕਿਹਾ ਕਿ ਲੋਕਾਂ ਦੀ ਮਦਦ ਨਾਲ ਜ਼ਿਆਦਾ ਤੇ ਸਰਕਾਰ ਵੱਲੋਂ ਘੱਟ ਯੋਗਦਾਨ ਦਿੱਤਾ ਗਿਆ। ਸਾਡੇ ਜ਼ਿਲ੍ਹੇ ਗੁਰਦਾਸਪੁਰ ਦੇ ਵਿੱਚ ਟੋਟਲ ਪ੍ਰਾਇਮਰੀ ਜਿਹੜੇ ਸਕੂਲ ਨੇ 1100 ਹੈ, ਅਤੇ ਜਿਹੜੇ ਸਾਡੇ ਸਮਾਰਟ ਸਕੂਲ ਨੇ ਉਹ ਸਾਡੇ ਲਗਭਗ 800 ਅਤੇ 77 ਦੇ ਕਰੀਬ ਜਿਹੜੇ ਪਹੁੰਚ ਚੁੱਕੇ ਨੇ, ਜਿਹਦੇ ਵਿੱਚ ਹੁਣ ਸਾਡੇ ਕੋਲ ਬਾਕੀ ਸਕੂਲ ਨੇ ਅੰਡਰ ਪ੍ਰੋਗਰੈਸ ਚੱਲ ਰਹੇ ਨੇ, ਕੰਮ ਚੱਲ ਰਿਹਾ, ਜਿਹਦੇ ਵਿੱਚ ਸਾਡੇ ਅਧਿਆਪਕਾਂ ਦਾ, ਸਮਾਜ ਸੇਵੀ ਸੰਸਥਾ ਦਾ, ਪੰਚਾਇਤਾਂ ਦਾ, NRI ਵੀਰਾਂ ਦਾ, ਪਰਿਵਾਰਾਂ ਦਾ, ਔਰ ਡਿਪਾਰਟਮੈਂਟ ਦਾ ਵੀ ਸਾਰਿਆਂ ਦਾ ਜਿਹੜਾ ਸਹਿਯੋਗ ਹੈ, ਇਸ ਸਮਾਰਟ ਪ੍ਰੋਜੈਕਟ ਚੱਲ ਰਿਹਾ, ਔਰ ਬਹੁਤ ਵਧੀਆ ਤਰੀਕੇ ਦੇ ਨਾਲ, ਬਹੁਤ ਵਧੀਆ ਸਹਿਯੋਗ ਦੇ ਨਾਲ ਜਿਹੜਾ ਕੰਮ ਹੈ ਸਮਾਰਟ ਸਕੂਲਾਂ ਦਾ ਉਹ ਹੋ ਰਿਹਾ। ਸਮਾਰਟ ਸਕੂਲ ਦੇ ਵਿੱਚ ਸਾਡੇ ਜਿਹੜੇ ਸੱਭੀ ਪੈਰਾਮੀਟਰ ਨੇ, ਜਿਹਦੇ ਵਿੱਚ ਮੇਨ ਜਿਹੜਾ ਹੈ ਸਾਡਾ
ਬਿਲਡਿੰਗ ਨੂੰ ਪੇਂਟ ਬਾਲਾ ਵਰਕ ਉਹ ਦੀਆਂ ਸਕੂਲ ਦੀਆਂ ਸਮਾਰਟ ਕਲਾਸਿਸ ਸਮਾਰਟ ਸਟੂਡੈਂਟ ਔਰ ਕੁਆਲਿਟੀ ਐਜੂਕੇਸ਼ਨ ਕੁਆਂਟਿਟੀ 'ਤੇ ਜੋ ਜਿਹੜਾ ਅਸੀਂ ਮੇਨ ਫੋਕਸ ਲਾ ਰਹੇ ਹਾਂ। ਸਮਾਰਟ ਸਕੂਲਾਂ ਵਾਸਤੇ ਸਰਕਾਰ ਵੱਲੋਂ ਸਿੱਖਿਆ ਵਿਭਾਗ ਵੱਲੋਂ ਕਾਫੀ ਤਰ੍ਹਾਂ ਦੇ ਕੰਪੋਨੈਂਟ ਚੱਲ ਰਹੇ ਨੇ ਔਰ ਕਾਫੀ ਗ੍ਰਾਂਟਾਂ ਆ ਰਹੀਆਂ ਨੇ, ਹਰ ਤਰ੍ਹਾਂ ਦੇ ਕਾਫੀ ਕੰਪੋਨੈਂਟ ਨੇ। ਨਹੀਂ ਇਹਦੇ ਬਾਰੇ ਮੈਂ ਨਹੀਂ ਕਹਿ ਸਕਦਾ, ਐੱਮ ਆਈ ਐੱਸ ਜਾਂ ਮਤਲਬ ਸਾਡੇ ਕੈਸ਼ੀਅਰ ਨੇ ਉਹੀ ਦੱਸ ਸਕਦੇ ਆ, ਕਿਉਂਕਿ ਡਾਟਾ ਲੰਬਾ ਚੌੜਾ ਹੁੰਦਾ, ਇੱਕ ਗ੍ਰਾਂਟ ਤਾਂ ਹੈ ਨਹੀਂ, ਕਾਫੀ ਕੰਪੋਨੈਂਟ ਨੇ, ਉਹ 5-7-10 ਕੰਪੋਨੈਂਟ ਜਿੰਨੇ ਵੀ ਹੋਣਗੇ, ਉਹ ਇਹਦੇ ਬਾਰੇ ਤੁਹਾਨੂੰ ਜਿਹੜਾ ਸਾਡੇ ਜਿਹੜੇ ਅਕਾਊਂਟੈਂਟ ਨੇ ਜਾਂ ਜਿਹੜੇ ਅਕਾਊਂਟ ਦਾ ਕੰਮ ਕਰਦੇ ਨੇ ਉਹ ਦੱਸ ਸਕਦੇ ਨੇ। ਜੇ ਸਾਡੇ ਲਾਗੇ ਨੇੜੇ ਬਿਲਕੁਲ ਹਰਦੋਬਤ ਵਾਲਾ ਸਕੂਲ ਹੈ, ਜਿਸ 'ਚ NRI ਔਰ ਉੱਥੋਂ ਦੇ ਪਿੰਡ ਦੀ ਪੰਚਾਇਤ ਨੇ ਉੱਥੋਂ ਦੇ ਪਿੰਡ ਦੇ ਵੀਰਾਂ ਨੇ ਕਾਫੀ ਸਹਿਯੋਗ ਕੀਤਾ, ਤੁਸੀਂ ਜਾ ਕੇ ਦੇਖ ਸਕਦੇ ਹੋ। ਉਹ ਜਦੋਂ ਆਏ ਤੋਂ ਇੱਕ ਸਾਲ ਪਹਿਲਾਂ ਸਿਰਫ ਇੱਕ ਬਿਲਡਿੰਗ ਸੀ, ਹੁਣ ਉੱਥੇ ਬਹੁਤ ਜ਼ਿਆਦਾ ਕਾਫੀ ਕੰਮ ਦੀ। ਭਾਰਤ ਦੇ ਵਿੱਚ ਆਜ਼ਾਦੀ ਆਈ ਹੈ ਜਾਂ ਪੰਜਾਬੀ ਸੂਬਾ ਬਣਿਆ, ਪੰਜਾਬ ਸਰਕਾਰ ਦੀ ਕੋਈ ਸਿੱਖਿਆ ਦੇ ਪ੍ਰਤੀ ਕੋਈ ਪੋਲਿਸੀ ਨਹੀਂ ਹੈ, ਅਤੇ ਇਹ ਜਾਂ ਸਮਾਰਟ ਸਕੂਲ ਬਣਾਏ ਨੇ, ਇਹ 'ਚ ਸਰਕਾਰ ਦਾ ਜਿਹੜਾ ਯੋਗਦਾਨ ਮੈਂ ਕਿਸੇ ਆਟੇ 'ਚ ਨੂਣ ਬਰਾਬਰ ਹੈ ਬਹੁਤਾ। ਜੇ ਕਿਤੇ ਕੋਈ ਆਪਣੇ ਆਪ ਨੂੰ ਸਮਾਰਟ ਸਕੂਲ ਕਹਿੰਦਾ ਵੀ ਹੈ ਤਾਂ ਉਹਦੇ ਵਿੱਚ ਅਧਿਆਪਕਾਂ ਦਾ ਵੱਡਾ ਯੋਗਦਾਨ ਹੈ, ਲੋਕਾਂ ਦਾ ਵੱਡਾ ਯੋਗਦਾਨ ਹੈ, ਸਰਕਾਰੀ ਜਿਹੜੇ ਆਲੇ ਦੁਆਲੇ ਲੋਕ ਉਹਨਾਂ ਦਾ ਯੋਗਦਾਨ ਕਰਕੇ ਹੀ ਇਹ ਸਮਾਰਟ ਸਕੂਲ ਜਿਹੜੇ ਨੇ ਉਹ ਬਣੇ ਨੇ। ਪਰ ਜੇ ਅਸਲੀ ਮਿਹਨਤ 'ਚ ਮੈਂ ਕਹਾਂ ਕਿ ਅਜੇ ਪੰਜਾਬ ਦਾ ਕੋਈ ਸਕੂਲ ਸਮਾਰਟ ਕਹਿਣ ਦੇ ਕਾਬਲ ਨਹੀਂ ਹੈ। ਵਿੱਚ ਵੱਡੀ ਗਿਣਤੀ ਜਿਹੜੀ ਹੈ 60% ਜਿਹੜਾ ਹੈਗਾ ਉਹ ਦਾਨੀ ਸੱਜਣਾਂ ਦਾ ਰੋਲ ਹੈ, 40% ਪੰਜਾਬ ਸਰਕਾਰ ਨੇ ਆਪਣੇ ਕੋਲੋਂ ਨਹੀਂ ਪਾਇਆ, ਜਿਹੜਾ ਸੈਂਟਰ ਦੇ ਵੱਲੋਂ ਆਏ ਪੈਸੇ ਨੇ ਉਹਨਾਂ ਨੂੰ ਡਿਲੀਵਰ ਕੀਤਾ। ਮੈਂ ਸਮਝਦਾ ਕਿ ਇਹਦੇ ਵਿੱਚ ਅਧਿਆਪਕਾਂ ਦਾ ਸਕੂਲ ਦੇ ਪ੍ਰਿੰਸੀਪਲਾਂ ਦਾ ਬਹੁਤ ਵੱਡਾ ਯੋਗਦਾਨ ਹੈ। ਇਹ ਜਿਹੜੇ ਸਕੂਲਾਂ ਨੂੰ ਜੋ ਸਰਕਾਰ ਦਾ ਹੈਗਾ ਸੀ ਕਿ ਅਸੀਂ 5000 ਸਕੂਲ ਜਿਹੜੇ ਉਹ ਸਮਾਰਟ ਬਣਾਤੇ ਨੇ, ਪਰ ਜਿਹੜੀ ਇੱਦਾਂ ਦੀ ਕੋਈ ਗੱਲ ਨਹੀਂ ਹੈ। ਮੈਂ ਕੀ ਕਹਾਂ, ਸਮਾਰਟ ਸਕੂਲ ਦੇ ਵਾਸਤੇ ਇੱਕ ਸਰਕਾਰ ਨੇ ਇੱਕ ਪੂਰਾ ਦਿੱਤਾ ਹੈ, ਪੈਮਾਨਾ ਦਿੱਤਾ ਹੈ ਕਿ ਉੱਥੇ ਪੋਸਟਾਂ ਪੂਰੀਆਂ ਹੋਣੀਆਂ ਚਾਹੀਦੀਆਂ ਨੇ, ਉੱਥੇ ਸਕੂਲ ਦੇ ਵਿੱਚ ਜਿਹੜਾ ਆਧੁਨਿਕ ਸਹੂਲਤਾਂ ਹੋਣੀਆਂ ਚਾਹੀਦੀਆਂ, ਸਕੂਲ 'ਚ ਵਧੀਆ ਲਾਇਬ੍ਰੇਰੀ ਹੋਣੀ ਚਾਹੀਦੀ ਹੈ, ਲੈਬੋਰਟਰੀ ਹੋਣੀ ਚਾਹੀਦੀ ਹੈ, ਖੇਡਾਂ ਦਾ ਪੂਰਾ ਸਮਾਨ ਹੋਣਾ ਚਾਹੀਦਾ, ਖੇਡਾਂ ਦੇ ਪੂਰੇ ਪ੍ਰਬੰਧ ਹੋਣੇ ਚਾਹੀਦੇ ਨੇ, ਸਕੂਲਾਂ ਦੇ ਜਿਹੜੇ ਬੱਚੇ ਨੇ ਉਹ ਹਰ ਪੱਧਰ ਦੇ ਉੱਤੇ ਜਿਹਨੂੰ ਕਹਿੰਦਾ ਸਮਾਰਟ ਮੈਨੇ ਸੋਹਣੇ ਬਣਨੇ ਚਾਹੀਦੇ ਨੇ। ਸੋਹਣੇ ਬਣਨ ਦਾ ਮਤਲਬ ਇਹ ਨਹੀਂ ਕਿ ਚੰਗੀਆਂ ਵਰਦੀਆਂ ਪਾ ਲਈਆਂ, ਟਾਈਆਂ ਲਾ ਲਈਆਂ, ਕੋਈ ਉਹਨਾਂ ਦੇ ਆਈਡੈਂਟੀ ਕਾਰਡ ਪਾ ਲਏ ਜਾਂ ਕੰਧਾਂ ਨੂੰ ਰੰਗ ਰੋਗਨ ਅਤੇ ਸਲੋਗਨ ਲਿਖ ਲਏ, ਜੇ ਉਹਦੀ ਆਤਮਾ ਹੀ ਨਹੀਂ ਕਿਸੇ ਚੀਜ਼ ਦੀ, ਜੇ ਉੱਥੇ ਵਧੀਆ ਪੜ੍ਹਾਈ ਨਹੀਂ ਤਾਂ ਮੈਂ ਉਹਨੂੰ ਸਮਾਰਟ ਨਹੀਂ ਕਹਿੰਦਾ। ਜਿਹੜੀ ਹੈ ਇਹੀ ਤਾਂ ਇੱਕ ਦੁਖਾਂਤ ਹੈ ਕਿ ਕੰਮ ਲੋਕ ਕਰਦੇ ਨੇ ਉਹਦਾ ਜਿਹੜਾ ਸ਼ੇਰਾ ਉਹ ਸਰਕਾਰਾਂ ਆਪਣੇ ਤੌਰ 'ਤੇ ਲੈਂਦੀਆਂ ਨੇ। ਸਰਕਾਰਾਂ ਨੇ ਜਿਹੜਾ ਇਹ ਕੰਮ ਕੀਤਾ ਕਿ ਵੀ ਜਾ ਕੇ ਦਿੱਲੀ ਦੇ ਵਿੱਚ ਉਹਨੂੰ ਵੋਟਾਂ ਦੇ ਲਈ ਵਰਤਣਾ, ਕਿ ਕਹਿਣਾ ਕਿ ਅਸੀਂ ਸਕੂਲ ਸਮਾਰਟ ਬਣਾਉਂਦੇ ਨੇ, ਇਹ ਗੱਲ ਜਿਹੜੀ ਹੈ ਹਜ਼ਮ ਨਹੀਂ ਆਉਂਦੀ ਕਿ ਸਰਕਾਰ ਨੇ ਜਿਹੜਾ ਇਹਦੇ 'ਤੇ ਕੋਈ ਬੁਰਾ ਪੈਸਾ ਲਾਇਆ। ਸੋ ਇਹ ਹਾਲ ਤਾਂ ਸਿਰਫ ਗੁਰਦਾਸਪੁਰ ਦੇ ਸਕੂਲਾਂ ਦਾ ਹੈ, ਪੰਜਾਬ ਦੇ ਵਿੱਚ ਅਜਿਹੇ ਕਿੰਨੇ ਹੋਰ ਜ਼ਿਲ੍ਹੇ ਨੇ ਜਿਹੜੇ ਕਿ ਸਰਕਾਰ ਦੀਆਂ ਗ੍ਰਾਂਟਾਂ ਦੀ ਉਡੀਕ ਕਰ ਰਹੇ ਨੇ, ਅਤੇ ਅਜਿਹੇ ਵਿੱਚ ਮੁੱਖ ਮੰਤਰੀ ਕਿਵੇਂ ਕਹਿ ਸਕਦੇ ਨੇ ਕਿ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲ ਕੈਪਟਨ ਸਰਕਾਰ ਵੱਲੋਂ ਬਣਾ ਦਿੱਤੇ ਗਏ ਨੇ, ਜਦਕਿ ਪੈਸੇ ਤਾਂ ਦਾਨੀ ਸੱਜਣਾਂ ਵੱਲੋਂ ਦਿੱਤੇ ਜਾ ਰਹੇ ਨੇ। ਸੋਚਣ ਵਾਲੀ ਗੱਲ ਹੈ, ਇਸਦਾ ਜਵਾਬ ਵੀ ਹੁਣ ਕੈਪਟਨ ਸਾਹਿਬ ਨੂੰ ਦੇਣਾ ਹੀ ਪਵੇਗਾ। ਗੁਰਦਾਸਪੁਰ ਤੋਂ ਸਪੋਕਸਮੈਨ TV ਦੇ ਲਈ ਨਿਤਿਨ ਲੁਥਰਾ ਦੀ ਰਿਪੋਰਟ।